पुलिस को पूरी सख्त करो, हिदायतां करो कि दुकानदारां नूं तंग नहीं करना। शराब जिहड़ी बाहरों आ रही है यह बॉर्डर सील करो। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਦੇ ਕਦੇ ਕਮਾਲ ਕਰ ਜਾਂਦੇ ਨੇ ਤੇ ਇਹੀ ਕਮਾਲ ਉਹਨਾਂ ਨੇ ਲੰਘੇ ਐਤਵਾਰ ਨੂੰ ਕੀਤੀ ਹੈ, ਯਾਨੀ ਕਿ ਕੱਲ ਰਾਤ ਨੂੰ ਉਹਨਾਂ ਨੇ ਮੀਟਿੰਗ ਕੀਤੀ ਧੜਾਧੜ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਤੇ SSPs ਦੇ ਨਾਲ ਮੀਟਿੰਗ ਕੀਤੀ, ਉਸ ਤੋਂ ਬਾਅਦ ਵਿਜੀਲੈਂਸ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਤੇ ਜੋ ਤਾੜਨਾ ਉਹਨਾਂ ਨੇ ਕੀਤੀ ਹੈ ਪੰਜਾਬ ਦੇ ਵਿਗੜੇ ਹੋਏ ਪ੍ਰਬੰਧ ਨੂੰ ਸੁਧਾਰਨ ਦੇ ਲਈ, ਹਰ ਤਰ੍ਹਾਂ ਦੇ ਮਾਫੀਆ ਨੂੰ ਖਤਮ ਕਰਨ ਦੇ ਲਈ, ਤੇ ਜੇ ਉਹਨਾਂ ਦੀ ਤਾੜਨਾ ਦੇ ਮੁਤਾਬਿਕ ਕੰਮ ਕੀਤਾ ਜਾਵੇ ਤਾਂ ਫਿਰ ਪੰਜਾਬ ਦਾ ਪ੍ਰਬੰਧ ਬਿਲਕੁਲ ਸਾਫ ਸੁਥਰਾ ਹੋ ਸਕਦਾ ਹੈ, ਸੱਚਮੁੱਚ ਕਲੀਨ ਹੋ ਸਕਦਾ ਹੈ। ਕਿਉਂਕਿ ਮੁੱਖ ਮੰਤਰੀ ਨੇ ਇਹ ਹੁਕਮ ਦਿੱਤਾ ਹੈ ਕਿ ਅੱਜ ਤੋਂ, ਯਾਨੀ ਕਿ ਪੰਜਾਬੀ ਸੂਬਾ ਦਿਵਸ ਵਾਲੇ ਦਿਨ 1 ਨਵੰਬਰ ਤੋਂ ਪੰਜਾਬ ਦੇ ਵਿੱਚ ਮਿਸ਼ਨ ਕਲੀਨ ਦਾ ਜਿਹੜਾ ਆਗਾਜ਼ ਹੈ ਉਹ ਕੀਤਾ ਜਾਣਾ ਹੈ। ਇਹਦੇ ਤਹਿਤ 3-4 ਮੁੱਖ ਗੱਲਾਂ ਨੇ ਜਿਹੜੀਆਂ ਮੁੱਖ ਮੰਤਰੀ ਚੰਨੀ ਨੇ ਕਹੀਆਂ ਨੇ। ਸਭ ਤੋਂ ਪਹਿਲੀ ਗੱਲ, ਨਸ਼ਾ ਵੇਚਣ ਵਾਲੇ ਨੇ ਜਿਹੜੇ ਉਹਨਾਂ 'ਤੇ ਨਕੇਲ ਕਸਣੀ ਹੈ, ਯਾਨੀ ਕਿ ਕਿਸੇ ਵੀ ਤਰ੍ਹਾਂ ਦਾ ਮਾਫੀਆ ਜਿਹੜਾ ਪੰਜਾਬ ਦੇ ਵਿੱਚ ਉਸ ਨੂੰ ਖਤਮ ਕੀਤਾ ਜਾਣਾ ਹੈ। SSPs ਦੇ ਨਾਲ ਡਿਪਟੀ ਕਮਿਸ਼ਨਰਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖਾਸ ਹਦਾਇਤਾਂ ਦਿੱਤੀਆਂ ਨੇ। ਨਸ਼ਾ ਵੇਚਣ ਵਾਲੇ ਜਿਹੜੇ ਹੈਗੇ ਨੇ, ਨਸ਼ਾ ਤਸਕਰੀ ਕਰਨ ਵਾਲੇ ਜਿਹੜੇ ਹੈਗੇ ਨੇ, ਉਹਨਾਂ ਦੇ ਲਈ ਪੁਲਿਸ ਅਧਿਕਾਰੀਆਂ ਨੂੰ ਕਾਂ ਟੰਗਣ ਦੀ ਹਦਾਇਤ ਕੀਤੀ ਹੈ। ਕਾਂ ਟੰਗਣ ਸ਼ਬਦ ਹੈ ਜਿਹੜਾ ਉਹਨਾਂ ਨੇ ਪੰਜਾਬੀ ਦੇ ਜਾਂ ਕਹਿ ਲਈਏ ਕਿ ਪੰਜਾਬ ਦੇ ਇੱਕ ਠੇਠ ਹਿੱਸੇ ਦੇ ਵਿੱਚੋਂ ਲਿਆ ਹੈਗਾ, ਕਿਉਂਕਿ ਕਾਂ ਟੰਗਣ ਦੀ ਇੱਕ ਰਵਾਇਤ ਹੈ, ਪਹਿਲਾਂ ਹੋਇਆ ਕਰਦੀ ਸੀ। ਉਸ ਤਰੀਕੇ ਦੇ ਨਾਲ ਹੀ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਹਦਾਇਤ ਦਿੱਤੀ ਹੈ ਕਿ ਉਸ ਤਰੀਕੇ ਦਾ ਵਿਵਹਾਰ ਹੈ ਜਿਹੜਾ ਨਸ਼ਾ ਤਸਕਰਾਂ ਦੇ ਨਾਲ ਅਪਣਾਇਆ ਜਾਵੇ, ਤਾਂ ਹੀ ਦੂਸਰਿਆਂ ਨੂੰ ਵੀ ਸਿੱਖਿਆ ਮਿਲੇਗੀ। ਦੂਸਰੀ ਜਿਹੜੀ ਅਹਿਮ ਗੱਲ ਕੀਤੀ ਹੈ ਮੁੱਖ ਮੰਤਰੀ ਨੇ, ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਰੋਕਿਆ ਜਾਵੇ, ਅੰਤਰਰਾਜੀ ਸਰਹੱਦਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਸੀਲ ਕਰ ਦਿੱਤਾ ਜਾਵੇ ਤਾਂ ਜੋ ਨਜਾਇਜ਼ ਸ਼ਰਾਬ ਦੀ ਵਿਕਰੀ ਹੈ ਜਿਹੜੀ ਉਹ ਨਾ ਹੋ ਸਕੇ। ਨਸ਼ਾ ਤਸਕਰਾਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਹੈ ਜਿਹੜੀ ਉਹ ਚਲਾਈ ਜਾਵੇ, ਇਹ ਸਾਰੇ ਅਧਿਕਾਰੀਆਂ ਨੂੰ ਸਖਤੀ ਦੇ ਨਾਲ ਕਹਿ ਦਿੱਤਾ। ਤੀਸਰੇ ਨੰਬਰ 'ਤੇ ਆ ਜਾਂਦੀ ਕਰਪਸ਼ਨ, ਯਾਨੀ ਕਿ ਭ੍ਰਿਸ਼ਟਾਚਾਰ। ਭ੍ਰਿਸ਼ਟਾਚਾਰ ਜੇ ਸਾਰਾ ਸਿਸਟਮ ਠੀਕ ਹੋ ਜਾਏਗਾ, ਜੇ ਕੋਈ ਜਿਹੜਾ ਹੈਗਾ ਗਲਤ ਕੰਮ ਨਹੀਂ ਹੋਏਗਾ, ਹਰ ਕਿਸੇ ਦੇ ਨਾਲ ਸਹੀ ਤਰੀਕੇ ਦੇ ਨਾਲ ਇੱਕੋ ਜਿਹਾ ਵਿਵਹਾਰ ਕੀਤਾ ਜਾਏਗਾ, ਇੱਕੋ ਤਰੀਕੇ ਦੇ ਨਾਲ ਸਾਰਿਆਂ ਦੇ ਕੰਮ ਕੀਤੇ ਜਾਣਗੇ, ਤਾਂ ਆਪਣੇ ਆਪ ਕਰਪਸ਼ਨ ਹੈ ਜਿਹੜੀ ਉਹ ਖਤਮ ਹੋ ਜਾਏਗੀ। ਮੁੱਖ ਮੰਤਰੀ ਚੰਨੀ ਨੇ ਖਾਸ ਤੌਰ 'ਤੇ ਕਿਹਾ ਕਿ ਪੁਲਿਸ ਥਾਣੇ ਅਤੇ ਤਹਿਸੀਲਾਂ ਇਹਨਾਂ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇ। ਅਤੇ ਮੁੱਖ ਮੰਤਰੀ ਚੰਨੀ ਨੇ ਇਹਦਾ ਤਰੀਕਾ ਵੀ ਦੱਸਿਆ, ਕਹਿੰਦੇ ਤੁਸੀਂ ਮੁਨਸ਼ੀ ਅਤੇ ਥਾਣੇਦਾਰਾਂ ਨੂੰ ਰੋਕੋ, ਸਭ ਕੁਛ ਆਪਣੇ ਆਪ ਠੀਕ ਹੋ ਜਾਊਗਾ। ਮੁਨਸ਼ੀ ਅਤੇ ਥਾਣੇਦਾਰਾਂ ਨੂੰ ਰੋਕਣਾ SSP ਦੀ ਜ਼ਿੰਮੇਦਾਰੀ ਹੋਣੀ ਚਾਹੀਦੀ ਹੈ, ਇਹ ਸਿੱਧਾ ਸਿੱਧਾ ਮੁੱਖ ਮੰਤਰੀ ਚੰਨੀ ਨੇ ਕਿਹਾ। ਚੌਥੀ ਜਿਹੜੀ ਗੱਲ ਖਾਸ ਤੌਰ 'ਤੇ ਦੁਕਾਨਦਾਰਾਂ ਦੇ ਲਈ ਕੀਤੀ ਹੈ, ਦੀਵਾਲੀ ਦਾ ਤਿਉਹਾਰ ਆਉਣ ਵਾਲਾ, ਇਸ ਤੋਂ ਬਾਅਦ ਤਿਉਹਾਰਾਂ ਦਾ ਸੀਜ਼ਨ ਹੈ ਜਿਹੜਾ ਉਹ ਚੱਲਣਾ ਹੈਗਾ, ਪਰ ਉਸ ਤੋਂ ਬਾਅਦ ਵੀ ਦੁਕਾਨਦਾਰਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਚੰਨੀ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਤੰਗ ਨਹੀਂ ਕਰਨਾ, ਬਾਜ਼ਾਰ ਵਧੀਆ ਚੱਲਣਾ ਚਾਹੀਦਾ। ਜਿਹੜੇ ਮਹੀਨਾ ਲੈਂਦੇ ਨੇ ਲੋਕ ਇਹਨਾਂ ਦੁਕਾਨਦਾਰਾਂ ਤੋਂ ਜਾਂ ਕਿਸੇ ਵੀ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਦੁਕਾਨਦਾਰ ਤੋਂ ਜਿਹੜਾ ਮਹੀਨਾ ਬੰਨਿਆ ਹੁੰਦਾ, ਇੱਕ ਆਪਾਂ ਕਹਿ ਸਕਦੇ ਹਾਂ ਗੁੰਡਾ ਟੈਕਸ ਜਿਹੜਾ ਲਿਆ ਜਾਂਦਾ, ਉਸ ਨੂੰ ਬੰਦ ਕੀਤਾ ਜਾਵੇ, ਸਖਤੀ ਦੇ ਨਾਲ ਹਦਾਇਤ ਕੀਤੀ ਹੈ ਮੁੱਖ ਮੰਤਰੀ ਚੰਨੀ ਨੇ। ਕਹਿੰਦੇ ਪਟਾਕੇ ਵੇਚਣ ਵਾਲੇ ਹੋਣ ਜਾਂ ਹੋਰ ਦੁਕਾਨਦਾਰ ਹੋਣ, ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਹੀ ਦੁਕਾਨਦਾਰਾਂ ਨੇ ਪੈਸੇ ਕਮਾਉਣੇ ਹੁੰਦੇ ਨੇ, ਅਤੇ ਉਸ ਸੀਜ਼ਨ ਦੇ ਵਿੱਚ ਵੀ ਜੇ ਤੁਸੀਂ ਪੈਸੇ ਕਮਾਈ ਜਾਂਦੇ ਹੋ ਤਾਂ ਫਿਰ ਦੁਕਾਨਦਾਰਾਂ ਨੂੰ ਕੀ ਫਾਇਦਾ ਹੋਇਆ। ਹਾਲਾਂਕਿ ਉਹਨਾਂ ਨੇ ਇੱਥੇ ਜ਼ਰੂਰ ਕਿਹਾ ਕਿ ਸੁਪਰੀਮ ਕੋਰਟ ਦੇ ਕਹਿਣ ਦੇ ਮੁਤਾਬਿਕ ਪਟਾਕਿਆਂ 'ਤੇ ਪਾਬੰਦੀ ਲੱਗੀ ਹੈ, ਉਹ ਇੱਕ ਵੱਖਰਾ ਮੁੱਦਾ, ਪਰ ਦੀਵਾਲੀ ਮੌਕੇ ਜੋ ਵੀ ਚੀਜ਼ਾਂ ਵੇਚੀਆਂ ਜਾਂਦੀਆਂ ਨੇ ਉਹ ਵੇਚਣ ਵਾਲੇ ਦੁਕਾਨਦਾਰਾਂ ਨੂੰ ਤੰਗ ਨਾ ਕੀਤਾ ਜਾਵੇ। ਸਖਤੀ ਨਾਲ ਆਪਣੇ SHO ਮੁਨਸ਼ੀ ਥਾਣੇਦਾਰ ਨੂੰ ਸਮਝਾਓ ਕਿ ਕਿਸੇ ਨੇ ਬਾਜ਼ਾਰ ਦੇ ਵਿੱਚ ਪੈਸੇ ਇਕੱਠੇ ਕਰਨੇ ਜਾਂ ਬਿਲਕੁਲ ਸੌਖੀ ਦੀਵਾਲੀ ਦੁਕਾਨਦਾਰ ਵਾਸਤੇ ਰਹਿਣੀ ਚਾਹੀਦੀ। ਦੁਕਾਨਦਾਰ ਨੂੰ ਲੱਗੇ ਕਿ ਮੇਰੀ ਦੀਵਾਲੀ ਆਈ ਹੈ, ਜੇ ਪੁਲਿਸ ਵਾਲਿਆਂ ਦੀ ਦੀਵਾਲੀ ਬਣੇਗੀ ਤਾਂ ਉਹ ਗਲਤ ਹੈ। ਆਪਣੇ ਥੱਲੇ ਪੁਲਿਸ ਨੂੰ ਪੂਰੀਆਂ ਸਖਤ ਕਰੋ, ਹਦਾਇਤਾਂ ਕਰੋ ਕਿ ਦੁਕਾਨਦਾਰਾਂ ਨੂੰ ਤੰਗ ਨਹੀਂ ਕਰਨਾ। ਦੁਕਾਨ ਬਾਜ਼ਾਰ ਵਧੀਆ ਚੱਲਣਾ ਚਾਹੀਦਾ। ਕੋਈ ਬੰਦਾ ਤੁਹਾਡਾ ਪੈਸੇ ਨਾ ਲਵੇ ਕਿਸੇ ਦੁਕਾਨਦਾਰ ਤੋਂ, ਪਟਾਕੇ ਬੰਦ ਕਰਾ ਕੇ ਪਟਾਕੇ ਵੇਚ, ਇਹ ਠੀਕ ਹੈ ਜੇ ਪੋਲਿਊਸ਼ਨ ਵਾਲੀ ਗੱਲ ਹੈ, ਸੁਪਰੀਮ ਕੋਰਟ ਦੀਆਂ ਜੇ ਕੋਈ ਹਦਾਇਤਾਂ ਹੈਗੀਆਂ ਉਹਨਾਂ ਦੀ ਪਾਲਣਾ ਕਰ ਲਓ। ਪਰ ਅਨਸੈਸਰੀਲੀ ਅੱਜ ਮੈਨੂੰ ਇੱਕ ਮੈਸੇਜ ਆਇਆ ਕਿ ਜੀ 35,000 ਰੁਪਇਆ ਮੇਰੇ ਉਹ ਲਾਉਣ ਦਾ ਮੰਗਦੇ, 35,000 ਮੇਰੀ ਕਮਾਈ ਨਹੀਂ ਹੋਣੀ ਪਟਾਕੇ ਲਾਉਣ ਦਾ। ਇਹ ਕੰਮ ਬੜਾ ਗਲਤ ਹੈ, ਇਹ ਹੇਠਾਂ ਹੀ ਹੋ ਜਾਂਦਾ ਸਾਰਾ ਕੁਛ। ਤੁਸੀਂ ਦੇਖਣਾ ਸਖਤੀ ਦੇ ਨਾਲ, ਕੱਲ ਨੂੰ ਮੀਟਿੰਗ ਕਰੋ, ਆਪਣੇ ਬੰਦਿਆਂ ਨੂੰ ਬੁਲਾਓ, ਉਹਨਾਂ ਨੂੰ SHO ਵਗੈਰਾ ਨੂੰ ਗਾਈਡਲਾਈਨਸ ਦਿਓ ਕਿ ਦੀਵਾਲੀ ਦੇ ਵਿੱਚ ਦੁਕਾਨਦਾਰ, ਬਾਜ਼ਾਰ ਦੇ ਲੋਕ, ਫੜੀਆਂ ਵਾਲੇ ਲੋਕ, ਰੇਹੜੀਆਂ ਵਾਲੇ ਲੋਕ, ਇਹਨਾਂ ਨੂੰ ਬਿਲਕੁਲ ਤੰਗ ਨਹੀਂ ਕਰਨਾ। ਮੇਲਾ ਦੀਵਾਲੀ ਦਾ ਅੱਛਾ ਨਿਕਲਣਾ ਚਾਹੀਦਾ, ਸਾਰਿਆਂ ਨੂੰ ਦੀਵਾਲੀ ਲੱਗੇ ਕਿ ਸਾਡੀ ਦੀਵਾਲੀ ਆਈ।
शराब जेड़ी बाहरों आ रही है यह बॉर्डर सील करो, बाहरों चंडीगढ़ तो हरियाणा तो बाहरों शराब नहीं आनी चाहिए। तीसरा नशिया दे विच तुहानूं कौन टंगड़े बहने मार मार के इन्हां ने जेड़े जिथे भी नशा बिकदा है ਤੁਹਾਡਾ ਉੱਥੇ ਡਰ ਹੋਣਾ ਚਾਹੀਦਾ। ਕੋਈ ਪਿੰਡ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਪਤਾ ਕਰੋ ਪਿੰਡ ਦੇ ਲੋਕ ਦੱਸਣ ਨੂੰ ਤਿਆਰ ਹੁੰਦੇ ਕਿ ਸਾਡੇ ਕਿੱਥੇ ਨਸ਼ਾ ਵਿਕਦਾ, ਉਹਨਾਂ ਦੇ ਪਤਾ ਕਰਕੇ ਨਸ਼ਾ ਵੇਚਣ ਵਾਲਿਆਂ ਨੂੰ ਫੜਨਾ। ਅਸੀਂ ਮਿਸ਼ਨ ਕਲੀਨ ਸ਼ੁਰੂ ਕਰ ਰਹੇ ਹਾਂ ਪੰਜਾਬ ਦੇ ਵਿੱਚ, ਨਸ਼ਾ ਵੇਚਣ ਵਾਲੇ ਖਤਮ ਕਰਨੇ ਆ, ਸ਼ਰਾਬ ਨਜਾਇਜ਼ ਵੇਚਣ ਵਾਲੇ ਖਤਮ ਕਰਨੇ ਆ, ਕਰਪਸ਼ਨ ਖਤਮ ਕਰਨੀ ਹੈ। ਰੇਤੇ ਬਾਰੇ ਚ ਮੈਂ ਕਹਿ ਚੁੱਕਿਆ ਤੁਹਾਨੂੰ, ਰੇਤਾ ਸਹੀ ਰੇਟ ਤੇ ਵਿਕਣਾ ਚਾਹੀਦਾ, ਇਹ ਕਿਸੇ ਤਰ੍ਹਾਂ ਦਾ ਮਾਫੀਆ ਪੰਜਾਬ ਵਿੱਚ ਨਹੀਂ ਹੋਣਾ ਚਾਹੀਦਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਇਸ ਮੌਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ। ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਜਿਹੜਾ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਸਰਹੱਦ ਪਾਰ ਤੋਂ ਪੈਰਾ ਹੋਣ ਵਾਲੇ ਖਤਰੇ ਨੂੰ ਧਿਆਨ ਵਿੱਚ ਰੱਖ ਕੇ ਚੌਕਸੀ ਵਧਾਉਣ ਦਾ ਹੁਕਮ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਥਾਣਿਆਂ ਦੇ ਅੰਦਰ ਪੁਲਿਸ ਅਧਿਕਾਰੀ ਮੌਜੂਦ ਰਹਿਣੇ ਚਾਹੀਦੇ ਨੇ, ਇਹ ਜਿਹੜਾ ਯਕੀਨੀ ਬਣਾਇਆ ਜਾਵੇ। ਸੋ ਮੁੱਖ ਮੰਤਰੀ ਚੰਨੀ ਨੇ ਰੇਤੇ ਦੇ ਰੇਟ ਜਿਹੜੇ 100 ਰੁਪਏ ਨੇ ਉਸ ਦੀ ਵੀ ਪਾਲਣਾ ਕਰਨ ਨੂੰ ਜਿਹੜੀ ਖਾਸ ਹਦਾਇਤ ਦਿੱਤੀ ਹੈ ਕਿ ਰੇਤੇ ਦੇ ਰੇਟ 100 ਰੁਪਏ ਤੈਅ ਕੀਤੇ ਗਏ ਨੇ, ਇਸ ਭਾਅ ਤੇ ਹੀ ਰੇਤਾ ਵਿਕਣਾ ਚਾਹੀਦਾ, ਇਸ ਤੋਂ ਜ਼ਿਆਦਾ ਨਹੀਂ ਵਿਕਣਾ ਚਾਹੀਦਾ। ਤੇ ਐਸਐਸਪੀਜ਼ ਅਤੇ ਡਿਪਟੀ ਕਮਿਸ਼ਨਰਾਂ ਦੇ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਵਿਜੀਲੈਂਸ ਅਧਿਕਾਰੀਆਂ ਦੇ ਨਾਲ ਵੀ ਮੀਟਿੰਗ ਕੀਤੀ। ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਅਤੇ ਬਾਕੀ ਅਧਿਕਾਰੀਆਂ ਦੇ ਨਾਲ ਬੈਠਕ ਕਰਕੇ ਉਹਨਾਂ ਨੇ ਹਦਾਇਤ ਦਿੱਤੀ ਕਿ ਅੱਜ ਤੋਂ ਯਾਨੀ ਕਿ 1 ਨਵੰਬਰ ਤੋਂ ਜਿਹੜਾ ਮਿਸ਼ਨ ਕਲੀਨ ਮੁਹਿੰਮ ਹੈ ਉਹ ਸ਼ੁਰੂ ਹੋ ਜਾਣੀ ਚਾਹੀਦੀ ਹੈ। ਸੋ ਮੁੱਖ ਮੰਤਰੀ ਚੰਨੀ ਨੇ ਸਖ਼ਤ ਹੁਕਮ ਤਾਂ ਦੇ ਦਿੱਤੇ ਨੇ। ਜ਼ਾਹਿਰ ਤੌਰ ਤੇ ਜੇ ਮੁੱਖ ਮੰਤਰੀ ਇੱਕ ਸੂਬੇ ਨੂੰ ਲੀਡ ਕਰਨ ਵਾਲਾ ਜਿਹੜਾ ਬੰਦਾ ਹੁੰਦਾ ਹੈ, ਜੇ ਉਹ ਸਖ਼ਤ ਹੋ ਜਾਵੇ ਤਾਂ ਹੇਠਲੇ ਅਧਿਕਾਰੀਆਂ ਨੂੰ ਕੰਮ ਕਰਨਾ ਹੀ ਪੈਂਦਾ, ਗੱਲ ਮੰਨਣੀ ਹੀ ਪੈਂਦੀ ਹੈ। ਤੇ ਅਜਿਹੇ ਪ੍ਰਬੰਧ ਦੇ ਵਿੱਚ ਇਮਾਨਦਾਰ ਛਵੀ ਵਾਲੇ ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਕੰਮ ਕਰਨ ਦਾ ਖਾਸਾ ਮਜ਼ਾ ਆਉਂਦਾ ਹੈ ਤੇ ਉਹ ਚੰਗੇ ਤਰੀਕੇ ਦੇ ਨਾਲ ਕੰਮ ਕਰਦੇ ਨੇ ਤੇ ਆਪਣੇ ਕੰਮ ਨੂੰ ਨਿਖਾਰਦੇ ਨੇ। ਤੇ ਅਜਿਹਾ ਜਿਹੜਾ ਹੁਣ ਵੀ ਸ਼ਾਇਦ ਦੇਖਾਂਗੇ ਕਦੋਂ ਹੁੰਦਾ ਹੈ ਕਿ ਜਿਹੜਾ ਉਹਨਾਂ ਨੇ ਕਾਂ ਟੰਗਣ ਦੀ ਗੱਲ ਕੀਤੀ ਹੈ, ਨਸ਼ਾ ਤਸਕਰਾਂ ਦੇ ਵਿੱਚੋਂ ਇੱਕ ਵੱਡੇ ਨਸ਼ਾ ਤਸਕਰ ਨੂੰ ਕਾਂ ਟੰਗਣ ਵਾਂਗ ਕਿਵੇਂ ਜਿਹੜਾ ਟ੍ਰੀਟ ਕੀਤਾ ਜਾਊਗਾ ਤੇ ਕਿਹੜੇ ਪੁਲਿਸ ਅਧਿਕਾਰੀ ਦੇ ਵੱਲੋਂ ਕੀਤਾ ਜਾਊਗਾ, ਇਹ ਦੇਖਣ ਦੇ ਵਿੱਚ ਹੁਣ ਸਾਡੀ ਕਾਫੀ ਉਤਸੁਕਤਾ ਰਹੇਗੀ। ਕਿਉਂਕਿ ਜੇ ਇੱਕ ਵੱਡੇ ਨਸ਼ਾ ਤਸਕਰ ਨੂੰ ਇਸ ਤਰ੍ਹਾਂ ਟੰਗਿਆ ਗਿਆ ਤਾਂ ਬਾਕੀਆਂ ਨੂੰ ਆਪੇ ਕੰਨ ਹੋ ਜਾਣੇ ਨੇ। ਤੇ ਇਹੀ ਤਰੀਕਾ ਜਿਹੜਾ ਹੈਗਾ ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਇਹ ਤਰੀਕਾ ਅਪਣਾਓਗੇ ਤਾਂ ਵਧੀਆ ਹੋਊਗਾ, ਬਾਕੀ ਸਾਰਿਆਂ ਨੂੰ ਆਪੇ ਜਿਹੜੀ ਉਹ ਸਿੱਖਿਆ ਮਿਲ ਜੂਗੀ। ਸੋ ਟਾਈਮ ਤਾਂ ਬਹੁਤ ਥੋੜ੍ਹਾ, ਚਰਨਜੀਤ ਸਿੰਘ ਚੰਨੀ ਕਾਫੀ ਜਿਹੜਾ ਹੈਗਾ ਤੇਜ਼ੀ ਨਾਲ ਤਾਂ ਚੱਲ ਰਹੇ ਨੇ, ਪਰ ਹੁਣ ਦੇਖਣਾ ਹੋਊਗਾ ਕਿ ਇੰਨੇ ਘੱਟ ਮਹੀਨਿਆਂ ਦੇ ਵਿੱਚ ਇੰਨੇ ਘੱਟ ਸਮੇਂ ਦੇ ਵਿੱਚ ਕਿੰਨਾ ਕੁ ਕੰਮ ਉਹ ਕਰ ਪਾਉਂਦੇ ਨੇ। ਨੀਅਤ ਹੈ ਜਿਹੜੀ ਉਹ ਉਹਨਾਂ ਦੀ ਠੀਕ ਲੱਗਦੀ ਹੈ, ਕਿਉਂਕਿ ਐਤਵਾਰ ਨੂੰ ਜਲੰਧਰ ਦੇ ਦੌਰੇ 'ਤੇ ਨਿਕਲੇ ਸੀ ਮੁੱਖ ਮੰਤਰੀ ਚੰਨੀ ਅਤੇ ਤੂਫਾਨੀ ਦੌਰਾ ਕਿਹਾ ਜਾ ਸਕਦਾ, 8-9 ਥਾਵਾਂ 'ਤੇ ਉਹ ਗਏ। ਉਸ ਤੋਂ ਬਾਅਦ ਉਹਨਾਂ ਨੇ ਆਪਣੀ ਅੰਦਰ ਖਾਤੇ ਪਾਰਟੀ ਜੋ ਕਲੇਸ਼ ਚੱਲ ਰਿਹਾ ਉਹਦੇ ਵਿੱਚ ਵੀ ਮਿਸ਼ਨ ਕਲੀਨ ਮੁਹਿੰਮ ਹੈ ਜਿਹੜੀ ਉਹ ਚਲਾਈ ਹੋਈ ਹੈ, ਹਾਲਾਂਕਿ ਉਹਨਾਂ ਨੇ ਨਾਮ ਤਾਂ ਨਹੀਂ ਦਿੱਤਾ, ਪਰ ਇਹ ਪੱਤਰਕਾਰਾਂ ਦੀ ਜ਼ੁਬਾਨ ਦੇ ਵਿੱਚ ਕਿਹਾ ਜਾ ਸਕਦਾ। ਧੰਨਵਾਦ।